ਉਧਰ ਖਬਰ ਦਿੱਲੀ ਤੋਂ ਆ ਰਹੀ ਹੈ ਜਿੱਥੇ ਦਿੱਲੀ ਪੁਲਿਸ ਨੇ UPSC ਦੀ ਤਿਆਰੀ ਕਰ ਰਹੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਸ ਵਿਅਕਤੀ ਤੇ ਦੋਸ਼ ਹੈ ਕਿ ਇਸ ਨੇ ਆਪਣਾ ਪੁਰਾਣਾ ਕਰਜ਼ਾ ਚੁਕਾਉਣ ਲਈ 5 ਸਾਲ ਦੇ ਬੱਚੇ ਨੂੰ ਅਗਵਾ ਕਰ ਲਿਆ। 27 ਸਾਲਾ ਇਹ ਵਿਅਕਤੀ BTECH ਅਤੇ MTECH ਕਰ ਚੁੱਕਿਆ ਹੈ ਅਤੇ ਗ੍ਰੇਟਰ ਨੋਇਡਾ ਦੀ ਇੱਕ ਯੂਨੀਵਰਸਿਟੀ 'ਚ ਪੜ੍ਹਾ ਵੀ ਚੁੱਕਿਆ ਹੈ। ਦੋ ਤਿੰਨ ਮੂਵੀ ਦੇਖ ਰੱਖੀ ਸੀ, ਇਸ ਵਿੱਚ ਖਾਸ ਤੌਰ 'ਤੇ ਇਸਨੇ ਨਾਮ ਬਤਾਇਆ ਕਿ ਇੱਕ ਤੋਂ ਇੰਡੀਅਨ ਮੂਵੀ ਥੀ, ਇੱਕ ਸਿੰਘਮ ਮੂਵੀ ਥੀ, ਇੱਕ ਇਸਨੇ ਰਾਤ ਨੇ ਬਤਾਇਆ ਕਿ ਤੇਜ਼ ਮੂਵੀ ਦੇਖੀ ਹੈ, ਹਮੇ ਉਸਕਾ ਆਈਡੀਆ ਨਹੀਂ ਹੈ। और उसमें इसको था कि किडनैपिंग करते हैं, किडनैपिंग के एवज में या तो किसी को छुड़वाते हैं या पैसे मांगते हैं, तो वहाँ से इसको आइडिया आया कि किडनैपिंग की जा सकती है। फॉर ऑल अपडेटेड न्यूज़ प्लीज सब्सक्राइब एवन न्यूज़ एंड रिंग द बेल।